ਇਹ ਜ਼ਮੀਨ ਤੁਹਾਡੀ ਨਹੀਂ। ਆਸਟ੍ਰੇਲੀਆਈ ਸੈਨੇਟਰ ਨੇ ਕਿੰਗ ਚਾਰਲਸ ਵਿਰੁੱਧ ਕੀਤੀ ਨਾਰੇਬਾਜ਼ੀ। ਦੱਸਦਿਆਂ ਪੂਰਾ ਮਾਮਲਾ। ਕਿੰਗ ਚਾਰਲਸ ਦੇ ਆਸਟ੍ਰੇਲੀਅਨ ਸੰਸਦ ਦੇ ਦੌਰੇ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ ਕਾਰਨ ਉੱਥੋਂ ਦੇ ਲੋਕ ਹੈਰਾਨ ਰਹਿ ਗਏ। ਕਿੰਗ ਚਾਰਲਸ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਪਹੁੰਚਿਆ ਹੀ ਸੀ ਕਿ ਅਚਾਨਕ ਇੱਕ ਸੰਸਦ ਮੈਂਬਰ ਲੀਡੀਆ ਥੋਰਪੇ ਨੇ ਉਹਨਾਂ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਬਾਕੀ ਲੋਕ ਉਸ ਦੀਆਂ ਹਰਕਤਾਂ ਦੇਖ ਕੇ ਹੈਰਾਨ ਰਹਿ ਗਏ। ਕਿੰਗ ਚਾਰਲਸ ਦੇ ਭਾਸ਼ਣ ਤੋਂ ਬਾਅਦ ਥੋਰਪ ਨੇ ਅਚਾਨਕ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਉਸਨੇ ਕਿਹਾ, ਇਹ ਤੁਹਾਡੀ ਜ਼ਮੀਨ ਨਹੀਂ ਹੈ, ਸਾਡੀ ਜ਼ਮੀਨ ਵਾਪਸ ਦਿਓ। ਦਰਅਸਲ ਆਜ਼ਾਦੀ ਦੇ 123 ਸਾਲਾਂ ਬਾਅਦ ਵੀ ਆਸਟ੍ਰੇਲੀਆ ਅਜੇ ਤੱਕ ਗਣਰਾਜ ਨਹੀਂ ਬਣ ਸਕਿਆ ਹੈ। ਆਸਟ੍ਰੇਲੀਆ ਦੇ ਆਜ਼ਾਦ ਸੰਸਦ ਮੈਂਬਰ ਨੇ ਰਾਜਸ਼ਾਹੀ ਦਾ ਵਿਰੋਧ ਕਰਦਿਆਂ ਕਿਹਾ, ਤੁਸੀਂ ਸਾਡੇ ਰਾਜਾ ਨਹੀਂ ਹੋ ਤੇ ਨਾ ਹੀ ਇਹ ਜ਼ਮੀਨ ਤੁਹਾਡੀ ਹੈ। ਉਸ ਦੀ ਨਾਰੇਬਾਜ਼ੀ ਕਾਰਨ ਕਿੰਗ ਚਾਰਲਸ ਨੂੰ ਆਪਣਾ ਭਾਸ਼ਣ ਰੋਕਣਾ ਪਿਆ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਥੋਰਪ ਨੂੰ ਬਾਹਰ ਕੱਢਿਆ। ਦੱਸ ਦਈਏ ਕਿ ਆਸਟ੍ਰੇਲੀਆ ਲਗਭਗ ਇੱਕ ਸਦੀ ਤੋਂ ਬ੍ਰਿਟੇਨ ਦੀ ਬਸਤੀ ਰਿਹਾ ਹੈ। 1901 ਵਿੱਚ ਆਸਟ੍ਰੇਲੀਆ ਵਿੱਚ ਇੱਕ ਸੁਤੰਤਰ ਸਰਕਾਰ ਬਣੀ, ਪਰ ਬ੍ਰਿਟਿਸ਼ ਰਾਜਵੰਸ਼ ਨਾਲ ਹੋਏ ਸਮਝੌਤੇ ਤਹਿਤ ਇੱਥੋਂ ਦਾ ਰਾਜਾ ਕਿੰਗ ਚਾਰਲਸ ਹੈ। ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆ ਅੱਜ ਤੱਕ ਪੂਰਨ ਗਣਰਾਜ ਨਹੀਂ ਬਣ ਸਕਿਆ ਹੈ। ਫਿਲਹਾਲ ਚਾਰਲਸ 9 ਦਿਨਾਂ ਦੇ ਅਧਿਕਾਰਤ ਦੌਰੇ ਤੇ ਆਸਟ੍ਰੇਲੀਆ 'ਚ ਨੇ। ਪਿਛਲੇ ਸਾਲ ਕੈਂਸਰ ਤੋਂ ਪੀੜਿਤ ਹੋਣ ਤੋਂ ਬਾਅਦ ਉਹਨਾਂ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਥੋਰਪ ਨੇ ਰਾਜਸ਼ਾਹੀ ਦਾ ਵਿਰੋਧ ਕੀਤਾ ਹੈ। 2022 'ਚ ਸਹੁੰ ਚੁੱਕਣ ਤੋਂ ਬਾਅਦ ਹੀ ਉਸਨੇ ਮਹਾਰਾਣੀ ਐਲਿਜ਼ਾਬੈਥ 2 ਦਾ ਵਿਰੋਧ ਕੀਤਾ ਸੀ। ਉਸ ਸਮੇਂ ਉਹ ਆਸਟ੍ਰੇਲੀਆ ਦੇ ਰਾਜ ਦੇ ਮੁਖੀ ਸਨ। ਉਹਨਾਂ ਨੇ ਮਹਾਰਾਣੀ ਐਲਿਜ਼ਾਬੈਥ ਦੇ ਨਾਂ 'ਤੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ। ਕਿੰਗ ਚਾਰਲਸ 3 ਅਤੇ ਮਹਾਰਾਣੀ ਕੈਮਿਲਾ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਕੈਨਬਰਾ ਪਹੁੰਚੇ। ਚਾਰਲਸ ਕੈਂਸਰ ਦਾ ਇਲਾਜ ਕਰਵਾ ਰਹੇ ਨੇ, ਜਿਸ ਕਾਰਨ ਉਹਨਾਂ ਦੀ ਯਾਤਰਾ ਦਾ ਸਮਾਂ ਛੋਟਾ ਕਰ ਦਿੱਤਾ ਗਿਆ ਹੈ। ਚਾਰਲਸ ਦੀ ਇਹ ਆਸਟ੍ਰੇਲੀਆ ਦੀ 17ਵੀਂ ਫੇਰੀ ਹੈ ਅਤੇ 2022 ਵਿੱਚ ਬ੍ਰਿਟੇਨ ਦੇ ਬਾਦਸ਼ਾਹ ਬਣਨ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਯਾਤਰਾ ਹੈ। ਚਾਰਲਸ ਅਤੇ ਕੈਮਿਲਾ ਨੇ ਆਪਣੇ ਆਉਣ ਤੋਂ ਅਗਲੇ ਦਿਨ ਆਰਾਮ ਕੀਤਾ ਅਤੇ ਐਤਵਾਰ ਨੂੰ ਸਿਡਨੀ ਵਿੱਚ ਇੱਕ ਚਰਚ ਸੇਵਾ ਵਿੱਚ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਕੀਤੀ। ਫਿਰ ਉਹ ਕੈਨਬਰਾ ਚਲੇ ਗਏ, ਜਿੱਥੇ ਉਹਨਾਂ ਨੇ ਅਣਜਾਣ ਆਸਟ੍ਰੇਲੀਅਨ ਸੈਨਿਕ ਦੀ ਯਾਦਗਾਰ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਸੰਸਦ ਭਵਨ ਵਿਖੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੁਆਰਾ ਆਯੋਜਿਤ ਰਿਸੈਪਸ਼ਨ ਵਿੱਚ ਸ਼ਾਮਿਲ ਹੋਏ। ਉਸ ਤੋਂ ਬਾਅਦ ਉਹ ਜੰਗੀ ਯਾਦਗਾਰ ਤੋਂ ਨਿਕਲੇ ਅਤੇ ਸੈਂਕੜੇ ਲੋਕਾਂ ਨੂੰ ਨਮਸਕਾਰ ਕੀਤਾ। ਸਾਰੇ 6 ਆਸਟ੍ਰੇਲੀਆਈ ਰਾਜਾਂ ਦੇ ਸਰਕਾਰੀ ਨੇਤਾ ਰਿਸੈਪਸ਼ਨ ਵਿੱਚ ਸ਼ਾਮਿਲ ਨਹੀਂ ਹੋਏ। ਉਹਨਾਂ ਨੇ ਇਸ ਆਧਾਰ 'ਤੇ ਸੱਦਾ ਠੁਕਰਾ ਦਿੱਤਾ ਕਿ ਉਹ ਬ੍ਰਿਟਿਸ਼ ਰਾਜੇ ਦੀ ਬਜਾਏ ਇੱਕ ਆਸਟ੍ਰੇਲੀਆਈ ਨਾਗਰਿਕ ਨੂੰ ਰਾਜ ਦੇ ਮੁਖੀ ਵਜੋਂ ਤਰਜੀਹ ਦੇਵੇਗਾ। ਅਲਬਨੀਜ਼ ਵੀ ਚਾਹੁੰਦਾ ਹੈ ਕਿ ਆਸਟ੍ਰੇਲੀਆ ਇੱਕ ਗਣਰਾਜ ਬਣ ਜਾਏ, ਪਰ ਉਸ ਨੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਇਸ ਬਾਰੇ ਰਾਏ ਸ਼ੁਮਾਰੀ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।